ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਨਾਰਦਰਨ ਰੇਲਵੇ ਡਿਪੋ, ਉੱਤਰ ਰੇਲਵੇ ਡਿਪੋ ਜਲੰਧਰ, ਅਸੀਂ ਖੜੇ ਆ ਜਲੰਧਰ ਰੇਲਵੇ ਸਟੇਸ਼ਨ ਤੇ। ਨਾਲ ਹੀ ਸਾਡੇ ਟੀਮ ਦੇ ਮੈਂਬਰ ਦਮਨ ਜੀ ਸਾਡੇ ਨਾਲ ਨੇ ਤੇ ਅਸੀਂ ਆਏ ਆ ਇੱਥੇ। ਇੱਕ ਬਜੁਰਗ ਪਿਆ ਅੱਖਾਂ ਧੋਣਾ ਵਾ, ਮਾਸਕ ਦਿਓ ਕਾਕਾ ਮਾਸਕ, ਤੇ ਇਹ ਅੱਖਾਂ ਤੋਂ ਅੰਨਾ ਵਾ। ਦੇਖੋ ਕਿੱਦਾਂ ਮੱਖੀਆਂ ਬੈਠੀ ਜਾਂਦੀਆਂ ਕੋਲੇ, ਕੂੜੇ ਦੇ ਢੇਰ ਲੱਗੇ, ਗਾਂਦੀ ਗੰਦ ਪਿਆ ਇੱਥੇ ਪਿਆ, ਪਿੱਛੇ ਲੈਟਰਿੰਗ ਬਾਥਰੂਮ ਕਰੀ ਜਾਂਦਾ ਵਾ। ਇੱਥੇ ਕੋਈ ਲੰਘਦਾ ਰਾਹਗੀਰ ਇਹਨੂੰ ਕੋਈ ਰੋਟੀ ਦੇ ਗਿਆ, ਕੋਈ ਬ੍ਰੈਡ ਦੇ ਗਿਆ, ਕੋਈ ਕੁਛ ਦੇ ਗਿਆ, ਪਿਆ ਖਾ ਲੈਂਦਾ ਵਾ। ਬਸ ਜੇ ਕਿਸੇ ਚੀਜ਼ ਦਾ ਉਹ ਇੰਤਜ਼ਾਰ ਕਰ ਰਿਹਾ ਤਾਂ ਉਹ ਮੌਤ ਦਾ ਕਰ ਰਿਹਾ, ਕਿਉਂਕਿ ਸਾਡਾ ਸਿਸਟਮ, ਸਾਡਾ ਸਰਕਾਰੀ ਤੰਤਰ ਤਾਂ ਬਿਲਕੁਲ ਫੇਲ ਹੋ ਗਿਆ। ਹੁਣ ਵੋਟਾਂ ਤੇ ਜ਼ੋਰ ਲੱਗਿਆ ਹੋਇਆ, ਜਿਹੜੇ ਅਸਲੀ ਲੋਕਤੰਤਰ ਦੇ ਥੰਮ ਨੇ ਲੋਕ, ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ। ਇਹ ਜੇ ਮਰ ਜਾਵੇ, ਮਰਨ ਤੋਂ ਬਾਅਦ, ਅੱਗੇ ਵੀ ਅਕਸਰ ਅਸੀਂ ਆਪਣੇ ਵੀਡੀਓ ਦੱਸਦੇ ਆ, ਮਰਨ ਤੋਂ ਬਾਅਦ ਜ਼ਰੂਰ ਇਹਨਾਂ ਨੂੰ ਇੱਕ ਘੰਟੇ ਦੋ ਘੰਟੇ ਚੱਕ ਕੇ ਲੈ ਜੂ ਗੱਡੀ ਆ ਕੇ, ਪਰ ਜਿਉਂਦਾ ਚਾਹੇ ਇਹ 2 ਸਾਲ ਪਿਆ ਤੜਫਦਾ ਰਹੇ, ਇਹਨੂੰ ਕਿਸੇ ਨੇ ਨਹੀਂ ਚੱਕਣਾ। ਇਹ ਅੱਖਾਂ ਤੋਂ ਬਲਾਈਂਡ ਆ, ਕਿੱਥੋਂ ਆਇਆ ਕਿਵੇਂ ਆਇਆ ਕੁਛ ਨੀ ਪਤਾ। ਪਰ ਇੱਥੇ ਰੇਲਵੇ ਸਟੇਸ਼ਨ ਆ ਨੇੜੇ, ਲੱਗਦਾ ਟ੍ਰੇਨ ਚ ਉਤਰਿਆ, ਇੱਥੇ ਰੁੜਦਾ ਖੁੜਦਾ ਵਿਚਾਰਾ ਕਿਵੇਂ ਨਾ ਕਿਵੇਂ। ਇੱਥੇ ਇੱਕ ਸਰਕਾਰੀ ਕਮਰੇ ਜਿਹੇ ਬਣੇ ਹੋਏ ਆ ਤੇ ਉਹਦੀ ਛੱਤ ਦੇ ਵਿੱਚ ਮੂਹਰੇ ਸ਼ੈੱਡ ਦੇ ਮੂਹਰੇ ਆ ਕੇ ਪੈ ਗਏ। ਬਾਬਾ ਬਾਬਾ ਜੀ ਨਮਸਤੇ, ਖਾਣਾ ਕੁਛ ਖਾਣਾ, ਖਾਣਾ ਖਾਓਗੇ? ਦੇਖੋ ਕੀ ਹਾਲ, ਗਲ ਦੇ ਵਿਚ ਰੱਸੀ ਪਾ ਕੇ ਬੋਤਲ ਬੰਨੀ ਆ ਵਿਚਾਰੇ ਦੇ ਪਾਣੀ ਆਲੇ, ਕਿਉਂਕਿ ਉਹ ਵੀ ਕੋਈ ਖੋ ਕੇ ਲੈ ਜਾਂਦਾ, ਉਹ ਚੱਕ ਕੇ ਲੈ ਜਾਂਦਾ, ਉਹਨੂੰ ਬਚਾਉਣ ਦੇ ਮਾਰੇ ਨੇ ਰੱਸੀ ਵੀ ਗਲ ਚ ਬੰਨੀ ਆ ਪਾਣੀ ਆਲੀ ਬੋਤਲ ਦੀ, ਗੰਦੀ ਬੋਤਲ। ਕੱਢੂਗਾ ਵੀ ਬੰਦਾ ਅੱਖਾਂ ਤੋਂ ਦੀਨਾ ਨੀ, ਉਹਨੂੰ ਜੇ ਕੋਈ ਛੇੜੂ, ਕੋਈ ਤੰਗ ਕਰੂ ਜਾਂ ਉਹਦਾ ਕੋਈ ਸਮਾਨ ਚੱਕੂਗਾ ਬੈਠਣ ਉਹਨੇ ਤੇ ਆ ਲੈ ਬਾਬਾ ਸਿਓ ਖਾ ਲੋ, ਸਿਓ ਲੈ ਲੋ, ਸਿਓ ਲੈ ਲੋ, ਐਪਲ ਐਪਲ ਸਿਓ, ਸੇਬ ਛਿਲਕਾ ਕਰ ਦਿਆ ਜਾ ਕੇ ਕਾਕਾ, ਛਿਲਕੇ ਦੇ ਦਿੱਤੇ ਬਾਬਾ। ਬਾਬਾ ਕਿਆ ਨਾਮ ਹੈ ਆਪਦਾ? ਮੁਹੰਮਦ ਮੁਹੰਮਦ ਕਯੂਮ ਖਾਨ, ਠੀਕ ਹੈ ਕਯੂਮ ਖਾਨ ਜੀ, ਆਪ ਕਹਾਂ ਕੇ ਰਹਿਣੇ ਵਾਲੇ ਹੋ? ਵਾਰਾਣਸੀ ਯੂਪੀ, ਠੀਕ ਹੈ ਬਾਬਾ। ਤੋ ਆਪ ਘਰ ਜਾਣਾ ਚਾਹਤੇ ਹੋ? ਜੀ ਆਪਕੋ ਆ ਕੇ ਆਪਣਾ ਚੈੱਕ ਕਰਵਾ ਦੇ, ਇਲਾਜ ਕਰਵਾ ਦੇ ਆਖੋ ਕਾ, ਚੈੱਕ ਮਤ ਕਰਵਾਓ, ਸਭ ਠੀਕ ਹੈ, ਆਖ ਤਾਂ ਠੀਕ ਹੋ ਨਹੀਂ ਹੋ ਜਾਏਗੀ? ਆਖ ਨਹੀਂ, ਆਖ ਤਾਂ ਠੀਕ ਨਹੀਂ ਹੋਗੀ, ਆਖ ਕਿਸੇ ਬੋਤਲ ਨਾਲ ਛਿਪਾ ਕੇ ਰੱਖੀ ਫੋਟੋ, ਹੈਂ ਕੋਈ ਗੱਲ ਨਹੀਂ, ਬੋਤਲ ਸੇ ਦਿਖਾਈ ਲਏਗਾ। ਅੱਛਾ ਬੋਤਲ ਨਾਲ, ਬੋਤਲ ਨਾਲ ਛਿਪਾ ਕੇ ਰੱਖੇ ਫੋਟੋ, ਫੋਟੋ ਦੀ ਗੱਲ ਨਹੀਂ, ਬੋਤਲ ਸੇ ਸਭ ਦਿਖਾਈ ਲਏਗਾ। ਅੱਛਾ ਕਬ ਸੇ ਦਿਖਾਈ ਨਹੀਂ ਦਿੱਤਾ? ਜੇ ਬਕਰੀ ਕਾਟ ਦੀ ਮੈਂ ਖਾਈ ਗਿਆ, ਕਬ ਸੇ ਦਿਖਾਈ ਨਹੀਂ ਦਿੱਤਾ ਆਪਕੋ? ਨਹੀਂ ਹੋ ਗਿਆ, 5-6 ਮਹੀਨਾ ਹੋ ਗਿਆ। ਓਕੇ ਮੁਹੰਮਦ ਜੀ, ਪਹਿਲੇ ਆਪ ਕਿਆ ਕੰਮ ਕਰਦੇ ਥੇ? ਦਿਖਾਤੇ ਰਹੇ ਸਰ, ਹੈਂ
ਸਬਜ਼ੀ ਖਾਤਾ। ਕਿਆ ਸਬਜ਼ੀ ਖਾਤਾ? ਨਹੀਂ, ਕਾਮ ਕਿਆ ਕਰਤੇ ਥੇ? ਕਾਮ ਹੈ? ਕਾਮ ਕਿਆ ਕਰਤੇ ਥੇ ਆਪ? ਆਈਸਕ੍ਰੀਮ ਬੇਚਤੇ। ਆਈਸਕ੍ਰੀਮ ਬੇਚਤੇ ਥੇ? ਵਾਹ ਵਾਹ। ਦੇਖੋ ਜੀ, ਮੁਹੰਮਦ ਕਿਆਮ ਜੀ ਪਹਿਲਾਂ ਆਈਸਕ੍ਰੀਮ ਬੇਚਦੇ ਸੀਗੇ ਤੇ ਅੱਖਾਂ ਤੋਂ ਦਿਖਣੋਂ ਹਟ ਗਿਆ ਵਿਚਾਰੇ ਨੂੰ। ਤੇ ਇੱਕ ਮਜ਼ਦੂਰ, ਇੱਕ ਚਾਰ ਪੈਸੇ ਕਮਾਉਣ ਵਾਲਾ ਇਨਸਾਨ, ਹੱਥਾਂ ਦੇ ਹਾਲ ਦੇਖੋ ਕੀ ਆ, ਗਲੰਦ ਪਾਇਆ ਹੋਇਆ ਵਿਚਾਰੇ ਦੇ। ਬਾਬਾ ਆਪ ਤੋਂ ਗਰਮੀ ਆ ਗਈ ਹੈ ਨਾ, ਸਰਦੀ ਨਿਕਲ ਗਈ ਹੈ ਜੀ। ਹੱਥ ਸੇ ਉਤਾਰ ਦੋ ਜੀ ਦਸਤਾਨਾ, ਦਸਤਾਨਾ ਉਤਾਰ ਦੋ, ਗਰਮੀ ਹੈ ਬਹੁਤ, ਕਿਉਂਕਿ ਦੰਦ ਵੀ ਨੀ ਕੰਮ ਕਰਦੇ ਵਿਚਾਰੇ ਦੇ। ਸਿਓ ਵੀ ਉਹ ਕਹਿੰਦਾ ਮੈਂ ਛਿੱਲ ਕੇ ਲੈ ਰਹੇ, ਮੈਨੂੰ ਛਿੱਲ ਕੇ ਖਾ ਲੂੰਗਾ, ਉਦਾਂ ਨੀ ਖਾ ਹੋਣਾ। ਬਾਬਾ ਜੇਬ ਦੇ ਵਿਚ ਲੈਟਰਿਨ ਭਰੀ ਪਈ ਆ, ਜੇਬ ਮੇ ਪੋਕਟ ਮੇ ਲੈਟਰਿਨ। ਜੇਬ ਦੇ ਵਿਚ ਟੋਇਲਟ ਭਰੀ ਹੋਈ ਆ ਜੀ, ਜੇਬ ਪੋਕਟ ਜਿਹੜੀ ਟੋਇਲਟ ਨਾਲ ਭਰੀ ਹੋਈ ਆ। ਵੀ ਜਿਹੜਾ ਕੋਈ ਜੇਬ ਚ ਹੱਥ ਮਾਰੂਗਾ, ਪੈਸੇ ਛੀਨਣ ਆਊਗਾ, ਚੋਰਾਂ ਵਾਸਤੇ ਗਿਫਟ ਰੱਖਿਆ ਹੋਇਆ ਬਾਬੇ ਨੇ ਦੇਖੋ। ਵੀ ਜਿਹੜਾ ਕੋਈ ਆਊਗਾ ਇੱਥੇ ਚੋਰੀ ਕਰਨ, ਉਹਨੂੰ ਮੇਰੀ ਜੇਬ ਚੋਂ ਕੀ ਮਿਲੂਗਾ? ਪੋਕਟ ਮੇ ਕਿਉਂ ਡਾਲਾ ਹੈ ਲੈਟਰਿਨ? ਪੋਕਟ ਮੇ ਲੈਟਰਿਨ ਕਿਉਂ ਡਾਲਾ ਹੈ? ਪੋਕਟ ਮੇ ਜੇਬ ਮੇ ਲੈਟਰਿਨ ਕਿਉਂ ਭਰਾ ਹੈ? ਔਰ ਖਾਣਾ ਸੇਬ ਜੇ ਲੀ ਲੇ ਲੇ ਜੇ ਲੈ ਲੀਏ ਖਾਈਏ, ਫੇਂਕਣਾ ਨੀ ਨੀਚੇ ਤੋਂ ਨਹੀਂ। ਜੇ ਛਿਲਕਾ ਹੈ ਨੀਚੇ ਤੋਂ ਛਿਲਕਾ ਹੈ, ਜੇ ਖਾਈਏ ਆਪ ਦੇ ਦੀਆ ਮੈਨੇ ਆਪ ਪਹਿਲੇ ਜੇ ਖਾਓ ਔਰ ਦਿੱਤਾ ਹੂੰ, ਔਰ ਦਿੱਤਾ ਹੂੰ। ਕਿਉਂ ਖਾਨ ਜੀ, ਆਪਕੇ ਬੱਚੇ ਹੈ? ਸ਼ਾਦੀ ਹੁਆ ਹੈ? ਨਿਕਾਹ ਹੁਆ? ਨਿਕਾਹ ਹੁਆ ਤਾਂ ਆਪਕਾ? ਕਿਤਨੇ ਬੱਚੇ ਹੈ? ਦੋ ਬੱਚੇ ਹੈ। ਕਿਆ ਹੈ? ਕਿਆ ਲੜਕਾ ਲੜਕੀ ਹੈ? ਕਿਆ ਹੈ? ਦੋਨੋ ਲੜਕੇ। ਕਿਆ ਨਾਮ ਹੈ ਬੜੇ ਲੜਕੇ ਕਾ? ਤੋਹੀਦ ਖਾਨ ਤੇ ਬਾਸਿਦ ਖਾਨ। ਉਹ ਵਾਰਾਣਸੀ ਮੇ ਰਹਤੇ? ਠੀਕ ਹੈ। ਆਪ ਭਾਈ ਬਹਿਨ ਕਿਤਨੇ ਹੋ? ਵਾਰਾਣਸੀ ਮੇ ਰਹਤੇ ਭਾਈ? ਕਿਤਨੇ ਭਾਈ ਹੈ ਆਪ? ਕਿਉਂ ਖਾਨ ਜੀ, ਕਹਾਂ ਪਰ ਕਿਤਨੇ ਭਾਈ ਹੈ? ਕਿਤਨੇ ਭਾਈ ਹੈ ਆਪਕੇ? ਕਿਤਨੇ ਭਾਈ ਹੈ? ਹਮ ਲੋਗ ਤੀਨ ਭਾਈ। ਤੀਨ ਭਾਈ ਹੈ? ਤੁਹਾਡੀ ਬੀਵੀ ਕਾ ਨਾਮ ਕਿਆ ਹੈ? ਇਰਫਾਨ ਖਾਨ। ਇਰਫਾਨ ਖਾਨ? ਨਹੀਂ ਨਹੀਂ ਨਹੀਂ, ਬੀਵੀ ਕਾ, ਬੀਵੀ ਕਾ। ਤੁਹਾਡੀ ਬੀਵੀ ਕਾ ਨਾਮ ਕਿਆ ਹੈ? ਤੁਹਾਡੀ ਬੀਵੀ ਕਾ? ਕ੍ਰਿਸ਼ਨਾ ਬੇਗਮ। ਕ੍ਰਿਸ਼ਨਾ ਬੇਗਮ? ਔਰ ਪਿਤਾ ਜੀ ਕਾ ਨਾਮ ਕਿਆ? ਅੱਬਾ ਕਾ? ਅੱਬਾ ਕਾ ਨਾਮ ਕਿਆ ਹੈ? ਅੱਬਾ ਕਾ? ਹਮਾਰੇ ਅੱਬਾ ਕਾ? ਹਾਂ, ਮੁਹੰਮਦ ਫਾਰੂਕ ਖਾਨ। ਮੁਹੰਮਦ ਫਾਰੂਕ ਖਾਨ? ਮੁਹੰਮਦ ਫਾਰੂਕ ਖਾਨ? ਔਰ ਅੰਮੀ ਕਾ ਨਾਮ? ਮੂਜਾ ਬੇਗਮ। ਮੂਜਾ ਬੇਗਮ? ਮੂਜਾ ਬੇਗਮ? ਕਾਲੇ ਮਿੰਡੇ ਕੱਪੜੇ, ਕਾਲਾ ਪੈਂਦਾ ਵੀ ਰੂਹੀ ਮੈਂ ਭਰਿਆ, ਲੋਕ ਕਹਿਣ ਦਰਵੇਸ਼। ਅੱਜ ਮੁਹੰਮਦ ਕਿਆਮ ਖਾਨ
ਕਿਹੜੀ ਹਾਲਤ ਦੇ ਵਿਚ, ਜੀਬਾਂ ਚ ਲੈਟਰਿਨ ਭਰੀ ਹੋਈ ਆ, ਗਲ ਚ ਇੱਕ ਗੰਦੇ ਪਾਣੀ ਦੀ ਬੋਤਲ ਬੰਨੀ ਹੋਈ ਆ, ਤੇ ਜਿੱਥੇ ਪਿਆ ਇਥੋਂ ਦੀ ਹਰ ਰੋਜ ਹਜ਼ਾਰਾਂ ਲੋਕ ਗੁਜ਼ਰਦੇ ਆ। ਕੋਈ ਦੇਖਣ ਵਾਲਾ, ਕੋਈ ਪੁੱਛਣ ਵਾਲਾ ਨੀ, ਕੋਈ ਕਹਿਣ ਵਾਲਾ ਨੀ ਵੀ ਖਾਨ ਸਾਹਿਬ ਕੀ ਹੋ ਗਿਆ, ਤੁਹਾਨੂੰ ਦੱਸੋ ਕੀ ਚਾਹੀਦਾ। ਕੋਈ ਸਰਕਾਰੀ ਤੰਤਰ ਨੀ ਕੰਮ ਕਰਦਾ ਵੀ ਇੱਥੇ ਐਂਬੂਲੈਂਸ ਆ ਜਾਵੇ, ਜਾਂ ਕੋਈ ਰਾਹਗੀਰ ਐਂਬੂਲੈਂਸ ਨੂੰ ਕਾਲ ਕਰ ਦੇਵੇ ਤੇ ਐਂਬੂਲੈਂਸ ਆਵੇ, ਇਹਨੂੰ ਚੱਕ ਕੇ ਲੈ ਜਾਵੇ, ਇਹਨੂੰ ਕਿਸੇ ਚੰਗੀ ਥਾਂ ਤੇ ਰੱਖ ਕੇ ਇਹਦਾ ਇਲਾਜ ਕਰੇ, ਜਾਂ ਕਿਸੇ ਚੰਗੇ ਹਸਪਤਾਲ ਚ ਰੱਖ ਕੇ ਇਹਦੀ ਕੇਅਰ ਹੋਵੇ, ਚੰਗੇ ਸਰਕਾਰੀ ਸ਼ੈਲਟਰ ਬਣੇ ਹੋਣ ਜਿੱਥੇ ਇੱਦਾਂ ਦੇ ਬੰਦਿਆਂ ਦੀ ਜ਼ਿੰਦਗੀ ਨੂੰ ਸੁਧਾਰਿਆ ਜਾ ਸਕੇ। ਪਰ ਨਹੀਂ, ਸਰਕਾਰੀ ਹਸਪਤਾਲ ਤਾਂ ਦਿਖਾਵੇ ਦਾ ਇੱਕ ਚਿੱਟਾ ਹਾਥੀ ਬੰਨਿਆ ਹੈਲਥ ਡਿਪਾਰਟਮੈਂਟ ਦਾ, ਜਿੱਥੇ ਕਿਸੇ ਦਾ ਟ੍ਰੀਟਮੈਂਟ ਨਹੀਂ, ਸ਼ੋਸ਼ਣ ਹੁੰਦਾ, ਲੋੜਵੰਦ ਤੇ ਗਰੀਬ ਲੋਕ ਉੱਥੇ ਧੱਕੇ ਖਾਂਦੇ ਆ। ਜਲੰਧਰ ਸਿਵਲ ਹਸਪਤਾਲ ਦੇ ਵਿੱਚੋਂ ਅਸੀਂ 2017 ਦੇ ਵਿੱਚ ਇੱਕ ਭੈਣ ਨੂੰ ਲੈ ਕੇ ਗਏ, ਰਿਹਾਨਾ ਖਾਨ ਉਹਦਾ ਨਾਮ, ਭੈਣ ਦਾ ਅੱਜ ਵੀ ਸਾਡੇ ਕੋਲ ਰਹਿੰਦੀ, ਉਹਦੀ ਬਾਂਹ ਚ ਕੀੜੇ ਪਏ ਹੋਏ ਸੀ ਭੈਣ ਦੀ, ਤੇ ਉਹ ਰੇਲਵੇ ਲਾਈਨ ਤੇ ਡਿੱਗ ਪਈ, ਉਹਦੀ ਬਾਂਹ ਤੇ ਸੱਟ ਲੱਗ ਗਈ, ਲੋਕਾਂ ਨੇ GRPR ਨੇ ਚੱਕ ਕੇ ਸਿਵਲ ਹਸਪਤਾਲ ਦੇ ਅੰਦਰ ਦਾਖਲ ਕਰਾਤੀ, ਹਸਪਤਾਲ ਦੇ ਵਿੱਚ ਪਈ ਦੇ ਕੀੜੇ ਪੈ ਗਏ ਉਹਦੇ, ਪਈ ਦੇ 22 ਦਿਨ ਉਹਦੇ ਪੱਟੀ ਨੀ ਕੀਤੀ ਗਈ 22 ਦਿਨ। ਜੇ ਲੀਜੀਏ ਕੈਮਕਨ ਜੀ, ਔਰ ਲੀਜੀਏ, ਔਰ ਲੀਜੀਏ, ਔਰ ਖਾਈਏ, ਖਾਣਾ ਖਾਇਆ? ਹਾਂ ਜੀ ਆਏਂਗੇ ਤੋ ਖਾਏਂਗੇ। ਤੇ ਕੌਣ ਦੇ ਚਾਵਲ? ਕਬ ਖਾਇਆ ਫਿਰ ਦਾਲ ਚਾਵਲ? ਨਹੀਂ ਖਾਏ। ਕਿਤਨਾ ਦਿਨ ਹੋ ਗਿਆ? ਕੱਲ ਜੇ ਨਹੀਂ ਖਾਏ, ਕੱਲ ਖਾਇਆ ਸੀ। ਕੱਲ ਖਾਇਆ ਤਾਂ ਸੁਬਹ? ਹਾਂ। ਦੇਖੋ 24 ਘੰਟੇ ਹੋ ਗਏ ਕੁਛ ਨੀ ਖਾਦਾ, ਇੱਥੇ ਕਿਹੜਾ ਕੋਈ ਬੈਠਾ ਇਹਨੂੰ ਵਿਚਾਰੇ ਨੂੰ ਜਿਹੜਾ ਲਿਆ ਕੇ ਦਊਗਾ ਖਾਣਾ? ਕੱਲ ਸੁਬਹ ਖਾਏ ਰਹੇ, ਨਹੀਂ ਖਾਏ, ਖਾਏਂਗੇ। ਨਹੀਂ ਨਹੀਂ ਦਾਲ ਚਾਵਲ ਖਾਂਦਾ ਵੀ ਨਹੀਂ, ਅੱਛਾ ਜੀ, ਤੁਸੀਂ ਇੱਥੇ ਰਹਿੰਦੇ ਹੋ ਪਿੱਛੇ? ਧੰਨਵਾਦ ਭਾਈ ਜੀ, ਸਤਿ ਸ੍ਰੀ ਅਕਾਲ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਤਕਰੀਬਨ ਨਵਲੀਨੇ ਭੇਜਿਆ ਸੀ ਕੇਸ ਸਾਡੇ ਕੋਲ, ਇੱਕ ਲੇਡੀ ਦਾ ਕੇਸ ਸੀਗਾ, ਉਹ ਵੀ ਏਦਾਂ ਹੀ ਸੀਗਾ, ਉਹ ਟ੍ਰੇਨਾਂ ਵਿੱਚ ਯੂਪੀ ਬਿਹਾਰ ਤੋਂ ਆਉਂਦੇ ਨੇ, ਉਹ ਬੈਠੇ ਹੁੰਦੇ ਉਹ ਸ਼ੈਡ ਵਾਲੇ ਵਾਸ਼ਿੰਗ ਕਰਨੀ ਹੁੰਦੀ ਹੈ। ਦੇਖੋ ਜੀ, ਇਹ ਗੱਲ ਦਾ ਵੀ ਇੱਕ ਲੌਜਿਕ ਆ ਵੀ ਇੱਥੇ ਯਾਰਡ ਬਣਿਆ ਹੋਇਆ ਟ੍ਰੇਨਾਂ ਦਾ, ਇੱਥੇ ਟ੍ਰੇਨਾਂ ਸਾਫ਼ ਹੁੰਦੀਆਂ, ਰਿਪੇਅਰ ਹੁੰਦੀਆਂ, ਧੋਤੀਆਂ ਜਾਂਦੀਆਂ, ਤੇ ਜਿਹੜੇ ਟ੍ਰੇਨ ਦੇ ਵਿੱਚ ਇੱਦਾਂ ਦੇ ਕੋਈ ਮੰਦ ਬੁੱਧੀ ਬੰਦਿਆਂ ਨੂੰ ਚਾੜ ਦਿੰਦਾ ਜਾਂ ਕੋਈ ਬਲਾਈਂਡ ਬੰਦੇ ਵਿੱਚ ਬੈਠੇ ਹੁੰਦੇ ਆ, ਉਹਨਾਂ ਦੀ ਇੰਨੀ ਸੋਝੀ ਨੀ ਹੁੰਦੀ ਵੀ ਸਟੇਸ਼ਨ ਤੇ ਉਤਰ ਜਾਣ। ਉਹ ਜਦੋਂ ਟ੍ਰੇਨ ਘੁੰਮ ਘੁਮਾ ਕੇ ਆ ਕੇ ਇੱਥੇ ਲੱਗਦੀ ਹੈ ਸਫਾਈ ਲਈ, ਫਿਰ ਉਹਦੇ ਵਿੱਚ ਜਿਹੜਾ ਵੀ ਕੋਈ ਏਦਾਂ ਦਾ ਕੋਈ ਮੈਂਬਰ ਹੁੰਦਾ ਉਹਨੂੰ ਉਹ ਚੱਕ ਕੇ ਇੱਥੇ ਬਾਹਰ ਬਿਠਾ ਜਾਂਦੇ। ਚਾਵਲ ਛੋਲਿਆਂ ਦਾ
ਰੇਹੜੀ ਲਗਾਉਂਦਾ ਬੰਦਾ ਇੱਥੇ, ਉਹ ਲਿਆ ਕੇ ਦਿੱਤੇ ਸੀ ਇਹਨੇ ਖਾਦੇ। ਤਕਰੀਬਨ ਇੱਥੇ ਕੋਈ ਨਾ ਕੋਈ ਲੈਂਦਾ ਹੀ ਹੈ। ਪਿੱਛੇ ਜੀ ਇੱਕ ਨਾ ਅਸੀਂ ਸ਼ਾਇਦ ਗੁੜੀਆ ਨੇ ਤੁਹਾਨੂੰ ਵੀਡੀਓ ਪਾਈ ਵੀ ਸੀ, ਮੈਂ ਵੀ ਬਣਾਈ ਕਦੀ, ਮੈਂ ਪਾ ਦਿੰਦੀ ਹਾਂ। ਜੋ ਮੈਂ ਮਾਈ ਨੂੰ ਇੱਥੇ ਕੋਈ ਬੈੱਡ ਸਮੇਤ ਹੀ ਛੱਡ ਗਿਆ ਸੀ। ਬੈੱਡ ਮਤਲਬ ਕਿੰਨੀ ਚਿਰ ਪਈ ਰਹੀ, ਰੋਟੀ ਪਾਣੀ ਚਲੋ ਦਿੰਦੇ ਰਹੇ, ਕੋਈ ਸੰਸਥਾ ਆਏ ਗਈ, ਦੋ ਤਿੰਨ ਵੀਡੀਓ ਪਾਈਆਂ ਸੀਗੀਆਂ। ਕੀ ਬਣਿਆ ਜੀ ਉਹਦਾ? ਕੋਈ ਲੈ ਗਿਆ ਫਿਰ ਉਹਨਾਂ ਨੂੰ, ਕੋਈ ਸੰਸਥਾ ਲੈ ਗਈ ਤੇ ਸਾਡੇ ਕੋਲ ਆਉਂਦੇ ਰਹਿੰਦੇ ਆ। ਕਿਸੇ ਨੂੰ ਤਾਂ ਚਾਹ ਪਾਣੀ ਪਿਲਾ ਦਿੱਤੇ ਜਾ ਕੇ ਗੱਡੀ ਦੇ ਬਾਪੂ ਦੀ ਸੇਵਾ ਸੀਗੀ ਤੇ ਅਸੀਂ ਤਾਂ ਹੀ ਪਹੁੰਚੇ ਬਾਈ। ਨਹੀਂ ਦੱਸਿਆ ਵੀ ਵੀਡੀਓ ਭੇਜੀ ਹੈ ਸਾਡੀ ਟੀਮ ਦੇ ਮੈਂਬਰ ਨੇ ਦਮਨ ਜੀ, ਇਹਨਾਂ ਦੀ ਅਸੀਂ ਡਿਊਟੀ ਲਾਈ, ਫਿਰ ਇਹ ਆ ਕੇ ਵੈਰੀਫਾਈ ਕਰਕੇ ਗਏ, ਦੇਖ ਕੇ ਗਏ, ਵੀਡੀਓ ਬਣਾ ਕੇ ਲੈ ਕੇ ਗਏ। ਇਹ 15 ਦਿਨ ਹੋ ਗਏ ਇਹਨਾਂ ਨੂੰ ਹਨਾ, ਇੱਕ ਦਿਨ ਅੱਛੀ ਵਾਲਾ ਇੱਥੇ ਪਰਮਾਨੈਂਟ ਰਹਿੰਦਾ ਹੀ ਹੈਗਾ। ਲੈ ਬਾਬਾ ਲਿਖਾਈਏ, ਕੱਕੜੀ ਹੈ, ਖੀਰਾ ਹੈ, ਖੀਰਾ ਪਤਲੀ ਵਾਲੀ ਕੱਕੜੀ ਹੈ, ਠੀਕ ਹੈ, ਕੱਕੜੀ ਹੈ। ਬੜਾ ਦੁੱਖ ਹੁੰਦਾ ਯਾਰ। ਹਾਂਜੀ ਦੇਖੋ ਕਿਆਮ ਖਾਨ ਜੀ ਚਲੇ ਚਲੇ ਫਿਰ ਆਪਕੋ ਹਸਪਤਾਲ ਲੈ ਚਲੇ, ਹਸਪਤਾਲ ਹਸਪਤਾਲ ਲੈ ਚਲੇ ਆਪਕੋ। ਦਾਲ ਚਾਵਲ ਵੀ ਆਏ? ਹਾਂ ਦਾਲ ਚਾਵਲ ਵੀ ਆ ਜਾਏਗੇ। ਹਸਪਤਾਲ ਲੈ ਕੇ ਚਲੇ ਆਪਕੋ ਹਸਪਤਾਲ, ਚਲੋ ਫਿਰ ਖਾ ਲੋ ਪਹਿਲੇ ਜੇ ਕੱਕੜੀ ਖਾ ਲੋ ਫਿਰ ਚਲਤੇ ਹੈ। ਦਾਲ ਚਾਵਲ ਵੀ ਆਓ, ਦਾਲ ਚਾਵਲ ਵੀ ਲੈ ਆਤੇ, ਦਾਲ ਚਾਵਲ ਖਾ ਲੈ ਕੇ ਖਾ ਕੇ ਚਲਤੇ। ਠੀਕ ਹੈ ਬਾਬਾ, ਠੀਕ ਹੈ, ਓਕੇ ਜੋ ਛੋੜ ਦੋ ਇਸਕੋ, ਛੋੜ ਦੋ, ਨਯਾ ਦੇਤੇ, ਨਯਾ ਦੇਤੇ, ਨਯਾ ਨਯਾ ਦੇਤੇ ਬਾਬਾ, ਨਯਾ ਨਹੀਂ ਬਾਬਾ, ਨਯਾ ਦੇ ਨਹੀਂ ਖਿੱਚੇਗੇ, ਨਯਾ ਦੇ ਦਿੱਤੇ ਬੇਟਾ, ਨਯਾ ਕੱਪੜਾ ਫਟਾ, ਠੀਕ ਹੈ, ਕੋਈ ਬਾਤ ਨਹੀਂ, ਕੱਪੜਾ ਫਟਾ ਹੀ ਹੈਗਾ ਵੀ, ਠੀਕ ਹੈ ਬਾਬਾ, ਠੀਕ ਹੈ ਬਾਬਾ, ਠੀਕ ਹੈ ਬਾਬਾ, ਦੱਸ ਕੇ ਰੱਖਿਆ ਇੰਜ ਕੱਪੜਾ ਫਟ ਜੀ। ਆਪਕੇ ਪਾਸ ਆਪਕਾ ਆਧਾਰ ਕਾਰਡ ਹੈ? ਨਹੀਂ ਕੁਛ ਨਹੀਂ, ਸਭ ਖੋ ਗਿਆ। ਕਹਾਂ ਚਲਾ ਗਿਆ? ਕੱਪੜਾ ਮੁੜੇ ਜਵਾ ਕੇ ਮੁੱਕ ਗਿਆ। ਹੈ ਸਭੂ ਜਿਉਂ ਨਾ ਮਾ ਮੁੜੇ ਮੁੱਕ ਗਿਆ। ਕਹਾਂ ਭੁੱਲ ਗਿਆ? ਫੁੱਲ ਮੈਂ ਜਿਉਂ ਮੈਂ ਕਹਾਂ ਚੁਰਾ ਕੇ ਲੈ ਗਏ ਕੋਈ? ਠੀਕ ਹੈ, ਤੋ ਤੁਮ ਯਹਾਂ ਪੇ ਕੈਸੇ ਆਏ, ਕਿਸ ਨੇ ਭੇਜਾ ਇਧਰ ਤੇਰੇ ਕੋ? ਜੇਲ ਮੇ ਤੋ ਯਹਾਂ ਪੇ ਕਿਸ ਨੇ ਛੋੜਾ ਤੇਰੇ ਕੋ? ਆਪਣੇ ਉਪਰ ਜੇ ਵਾਲ ਬੰਦੇ ਆਦਮੀ ਕੌਣ ਦਿਖੇਗਾ? ਅੱਛਾ ਬਿਲਕੁਲ ਦਿਖਾਈ ਨਹੀਂ ਦਿੱਤਾ? ਨਹੀਂ ਦਿਖਾਈ ਦਿੰਦੇ। ਉਪਰ ਕੋ ਖੋਲੋ, ਆਹ ਖੋਲੋ ਥੋੜਾ, ਬਿਲਕੁਲ ਹੀ ਅੱਖਾਂ ਬੰਦ ਹੋ ਗਈਆਂ। ਦੇਖੋ ਜੀ ਕੀ ਇਸ ਤਰ੍ਹਾਂ ਦੇ ਬੰਦਿਆਂ ਦੀ ਜ਼ਿੰਦਗੀ ਆ ਅੱਜ ਦਾ ਇਨਸਾਨ ਸਾਹਮਣੇ ਭੀਮ ਰਾਓ ਅੰਬੇਦਕਰ ਜੀ ਦੀ ਤਸਵੀਰ ਲੱਗੀ ਹੋਈ ਹੈ, ਇੱਕ ਬੋਰਡ ਲੱਗਿਆ, ਕੋਈ ਇਸ਼ਤਿਹਾਰ ਲੱਗਿਆ ਹੋਇਆ ਤੇ ਭੀਮ ਰਾਓ ਜੀ ਨੇ ਜਦ ਸੰਵਿਧਾਨ ਬਣਾਇਆ ਸੀ ਇਹੀ ਇੱਕ ਸਭ ਤੋਂ ਵੱਡਾ ਫੋਕਸ ਇਸ ਚੀਜ਼ ਤੇ ਕੀਤਾ ਸੀ ਵੀ ਜਿਹੜੇ ਕਾਲੇ ਅੰਗਰੇਜ਼ ਆਜ਼ਾਦੀ ਤੋਂ ਬਾਅਦ ਪੈਦਾ ਹੋਏ ਆ
ਵੀ ਉਹਨਾਂ ਦਾ ਤੇ ਆਮ ਲੋਕਾਂ ਦਾ ਬੈਲੈਂਸ ਬਣਿਆ ਰਹੇ, ਬਰਾਬਰਤਾ ਦਾ ਹੱਕ ਮਿਲੇ, ਗਰੀਬ ਨੂੰ ਵੀ ਉਹਨੇ ਜਿਉਣ ਦਾ ਹੱਕ ਆ ਜਿੰਨਾ ਅਮੀਰ ਨੂੰ ਆ। ਪਰ ਅੱਜ 76 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ, ਹਜੇ ਤੱਕ ਅਸੀਂ ਇਹ ਲਕੀਰ ਨੂੰ ਮਿਟਾ ਨਹੀਂ ਸਕੇ। ਇਹ ਲਕੀਰ ਹੋਰ ਗੂੜੀ ਤੇ ਹੋਰ ਖਾਈ ਵਾਂਗ ਡੂੰਘੀ ਹੋਈ ਜਾ ਰਹੀ ਆ, ਤੇ ਜਿਹਦੇ ਵਿਚ ਏਦਾਂ ਦੇ ਕਿਆਮ ਖਾਨ ਵਰਗੇ ਲੋਕ ਦਫ਼ਨ ਹੋ ਰਹੇ ਨੇ। ਹੁਣ ਭਾਰਤ ਦੇ ਲੋਕਤੰਤਰ ਦੀਆਂ ਵੋਟਾਂ ਪੈ ਰਹੀਆਂ, ਭਾਰਤ ਦਾ ਸਭ ਤੋਂ ਵੱਡਾ ਲੋਕਤੰਤਰ ਗਿਣਿਆ ਜਾਂਦਾ ਦੁਨੀਆਂ ਦਾ, ਪਰ ਇਸ ਲੋਕਤੰਤਰ ਦੇ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਆ, ਇਥੋਂ ਆਪਾਂ ਅੰਦਾਜ਼ਾ ਲਾ ਸਕਦੇ। ਵਾਰਾਣਸੀ ਸ਼ਹਿਰ ਦਾ ਰਹਿਣ ਵਾਲਾ ਕਿਆਮ ਖਾਨ ਕਿਸੇ ਟਾਈਮ ਕਹਿੰਦਾ ਮੈਂ ਆਈਸਕ੍ਰੀਮ ਵੇਚਦਾ ਸੀ, ਦੋ ਬੱਚੇ ਆ, ਦੋ ਭਰਾ ਵੀ ਆ, ਅੱਜ ਕਿਹੜੀ ਹਾਲਤ ਚ ਅੱਖਾਂ ਤੋਂ ਅੰਨਾ ਹੋਇਆ ਇੱਥੇ ਬੈਠਾ, ਅੱਖਾਂ ਤੋਂ ਅੰਨਾ ਕਿਆਮ ਖਾਨ ਕਿਸੇ ਤਰੀਕੇ ਟ੍ਰੇਨ ਦੇ ਵਿਚ ਇੱਥੇ ਪਹੁੰਚਿਆ ਤੇ ਇੱਥੇ ਟ੍ਰੇਨ ਦੇ ਰਿਪੇਅਰ ਹੁੰਦੇ ਨੇ ਡੱਬੇ ਵਗੈਰਾ ਵਰਕਸ਼ਾਪ ਆ, ਉਹਨਾਂ ਨੇ ਡੱਬੇ ਚੋਂ ਕੱਢ ਕੇ ਇੱਥੇ ਰੱਖਤਾ, ਇੱਥੇ ਪਿਆ ਕਿਆਮ ਖਾਨ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ, ਤੇ ਮੌਤ ਤੋਂ ਬਾਅਦ ਆਉਣ ਵਾਲੀ ਉਹ ਗੱਡੀ ਜਿਹੜੀ ਸਰਕਾਰੀ ਗੱਡੀ ਆ ਉਹ 2 ਘੰਟੇ ਦੀ ਆ ਜਾਂਦੀ ਹੈ ਮੌਤ ਤੋਂ ਬਾਅਦ ਦਾ, ਉਹਦਾ ਇੰਤਜ਼ਾਰ ਕਰ ਰਿਹਾ। ਤੇ ਜਿਉਂਦੇ ਜੀ ਖਾਨ ਸਾਹਿਬ ਨੂੰ ਲੈਣ ਵਾਸਤੇ ਕੋਈ ਨੀ ਆਊਗਾ, ਕੋਈ ਸਰਕਾਰੀ ਗੱਡੀ ਨੀ, ਕੋਈ ਸਰਕਾਰੀ ਸੁਵਿਧਾ ਨੀ। 76 ਸਾਲਾਂ ਦੇ ਵਿਚ ਸਾਡਾ ਇਹ ਸਿਸਟਮ ਚਲਾਉਣ ਵਾਲੇ ਇਹ ਲੀਡਰ ਲੋਕ ਬਦਲ ਬਦਲ ਕੇ ਸਰਕਾਰਾਂ ਲੁੱਟਦੇ ਆਏ ਆ ਸਾਨੂੰ, ਸਾਰੀਆਂ ਪਾਰਟੀਆਂ, ਕੋਈ ਇੱਕ ਤਾਂ ਕਹਿ ਸਕੀਏ ਜਿਹਨੂੰ ਮਾਣ ਨਾਲ ਕਹਿ ਸਕੀਏ ਵੀ ਆਹ ਪਾਰਟੀ ਬਹੁਤ ਵਧੀਆ, ਆਹ ਪਾਰਟੀ ਨੇ, ਆਹ ਲੀਡਰ ਨੇ, ਆਹ ਜਮਾਤ ਨੇ ਬਹੁਤ ਵਧੀਆ ਕੀਤਾ। 75-76 ਸਾਲਾਂ ਚ ਦੋ ਮੁੱਖ ਸੁਵਿਧਾਵਾਂ ਵਾ, ਹੈਲਥ ਤੇ ਐਜੂਕੇਸ਼ਨ, ਉਹ ਵੀ ਨੀ ਦੇ ਸਕੇ। ਹੈਲਥ ਦੇ ਹਾਲਾਤ ਤੁਹਾਨੂੰ ਦਿਖੀ ਜਾਂਦੇ ਆ, ਐਜੂਕੇਸ਼ਨ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਕਿੱਦਾਂ ਪੰਜਾਬ ਦੇ ਵਿਚ ਮਾਰਕੀਟਿੰਗ ਕੀਤੀ ਜਾ ਰਹੀ ਆ ਐਜੂਕੇਸ਼ਨ ਦੀ, ਕਿੱਦਾਂ ਪ੍ਰਾਈਵੇਟ ਯੂਨੀਵਰਸਿਟੀ ਇਹਨਾਂ ਦੀਆਂ ਆਪਣੀਆਂ ਖੁੱਲ ਰਹੀਆਂ, ਕਿੱਦਾਂ ਅਰਬਾਂ ਖਰਬਾਂ ਦਾ ਬਿਜ਼ਨਸ ਬਣਾਤਾ, ਕਿੱਦਾਂ ਹੀ ਹੈਲਥ ਸਿਸਟਮ ਵੀ ਕਿੱਦਾਂ ਪ੍ਰਾਈਵੇਟ ਹਾਸਪਿਟਲ ਬਣ ਰਹੇ ਆ, ਇੱਕ ਇੱਕ ਗਰੀਬ ਬੰਦਾ ਜੇ ਕਿਸੇ ਗੱਲੋਂ ਬਿਮਾਰ ਹੋ ਗਿਆ ਜਾਂ ਕੋਈ ਐਕਸੀਡੈਂਟ ਹੋ ਗਿਆ ਉਹਦੇ ਘਰ ਤੱਕ ਭਿੜਕ ਜਾਂਦੇ ਆ ਇਲਾਜ ਕਰਾਉਣ ਤੋਂ, ਫਿਰ ਵੀ ਉਹ ਇਸ ਦੁਨੀਆਂ ਤੋਂ ਤੁਰ ਜਾਂਦਾ, ਤੇ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਹੈ ਨੀ ਇਹਨਾਂ ਨੂੰ ਪੁੱਛਣ ਵਾਲਾ, ਇਹਨਾਂ ਨੂੰ ਚੱਕਣ ਵਾਲਾ, ਇਹਨਾਂ ਨੂੰ ਦੇਖਣ ਵਾਲਾ, ਸਾਡਾ ਸਿਸਟਮ ਤਾਂ ਐਗਜਸਟ ਹੀ ਨੀ ਕਰਦਾ, ਮੌਜੂਦ ਹੀ ਨੀ ਹੈਗਾ ਉਹ। ਹੁਣ ਸਾਰੀ ਪੁਲਿਸ, ਸਾਰਾ ਤੰਤਰ ਸਭ ਵੋਟਾਂ ਚ ਲੱਗਿਆ ਹੋਇਆ ਇਸ ਟਾਈਮ, ਪਰ ਇਹਨਾਂ ਲੋਕਾਂ ਲਈ ਕੋਈ, ਇਹ ਮਹੱਤਵਹੀਨ ਲੋਕ ਨੇ, ਇਹ ਗਰੀਬੀ ਰੇਖਾ ਤੋਂ ਵੀ ਥੱਲੇ ਟੋਆ ਪੱਟ ਕੇ ਬੈਠੇ ਨੇ ਲੋਕ ਵਿਚਾਰੇ, ਜਿਨ੍ਹਾਂ ਦੀ ਸਾਡੇ ਲੋਕਤੰਤਰ ਚ ਗਿਣਤੀ ਹੋਈ ਹੈ ਨੀ ਕੋਈ।
ਤੇ ਫਿਰ ਇਹ ਕਿੱਥੇ ਜਾਣ? ਇਹ ਜਾਣ ਕਿੱਥੇ? ਆਮ ਲੋਕ ਜਿਹੜੇ ਸਾਡੇ ਭੈਣ ਭਰਾ ਨੇ, ਸਾਡੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਭੈਣੋ ਤੇ ਭਰਾਵੋ, ਇੱਕ ਦੂਜੇ ਦੀ ਬਾਂਹ ਫੜਨਾ ਸਾਨੂੰ ਆਪ ਹੀ ਸਿੱਖਣਾ ਪੈਣਾ, ਸਾਨੂੰ ਆਪ ਹੀ ਸਾਡੀ ਪੀਰਾਂ ਫਕੀਰਾਂ ਦੀ ਧਰਤੀ, ਗੁਰੂਆਂ ਦੀ ਧਰਤੀ ਤੇ ਰਹਿ ਕੇ ਆਪਾਂ ਜੋ ਸਿੱਖਿਆ, ਜੋ ਸਾਨੂੰ ਗੁਰਾਂ ਨੇ ਦੱਸਿਆ, ਜੋ ਰਸਤਾ ਦਿਖਾਇਆ, ਉਹਦੇ ਤੇ ਚੱਲਣਾ ਪੈਣਾ ਸਾਨੂੰ, ਕਿਉਂਕਿ ਪੰਜਾਬ ਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋੜਵੰਦ ਲੋਕ ਇੱਥੇ ਪਹੁੰਚਦੇ ਨੇ ਵੀ ਘੱਟੋ ਘੱਟ ਉੱਥੇ ਗਏ ਨੂੰ ਕੋਈ ਨਾ ਕੋਈ ਸੰਭਾਲ ਲੂਏ, ਤੇ ਜੇ ਆਪਾਂ ਸਾਰੇ ਰਲ ਕੇ ਉਪਰਾਲਾ ਕਰੀਏ ਏਦਾਂ ਅਨਰਕ ਨਾ ਕੱਟਣ ਲਓ। ਤੁਹਾਨੂੰ ਦਿਖਾ ਨੀ ਸਕਦੇ, ਜਿਹੜੀ ਇਹਦੇ ਜੈਕਟ ਪਾਈ ਹੋਈ ਹੈ, ਗਰਮੀਆਂ ਮਈ ਦਾ ਮਹੀਨਾ ਚੱਲਦਾ, ਪਤਾ ਨੀ ਕਿੰਨੇ ਕੱਪੜੇ ਪਾਈ ਬੈਠਾ ਮੋਟੇ ਮੋਟੇ, ਤੇ ਜੈਕਟ ਦੀ ਜੇਬ ਦੇ ਵਿੱਚ ਇਹਨੇ ਲੈਟਰੀਨ ਭਰੀ ਹੋਈ ਹੈ, ਟੋਇਲਟ ਭਰੀ ਹੋਈ ਆ, ਪੂਰੀ ਪੋਕਟ ਟੋਇਲਟ ਨਾਲ ਭਰੀ ਪਈ ਹੈ। ਕਿਉਂ ਕਿਉਂ ਏਦਾਂ ਦੇ ਹਾਲਾਤ ਬਣੇ? ਇਹ ਕਹਿੰਦਾ ਚੋਰੀ ਹੁੰਦਾ, ਕਹਿੰਦਾ ਮੇਰਾ ਸਮਾਨ ਮੈਂ ਇਸਲਈ ਜੇਬ ਚ ਗੰਦ ਭਰੀ ਬੈਠੀ। ਏਦਾਂ ਦੇ ਬੰਦੇ ਵੀ ਲੁੱਟੇ ਜਾਂਦੇ, ਏਦਾਂ ਦੇ ਬੰਦਿਆਂ ਦਾ ਵੀ ਸਮਾਨ ਚੋਰੀ ਹੁੰਦਾ, ਸ਼ਰਮ ਆਉਣੀ ਚਾਹੀਦੀ ਆ ਸਾਡੇ ਸਿਸਟਮ ਨੂੰ ਚਲਾਉਣ ਵਾਲਿਆਂ। ਬਾਕੀ ਅਸੀਂ ਹੁਣ ਸੁਪਨਿਆਂ ਦੇ ਘਰ ਤੋਂ ਹਸਨਪੁਰ ਤੋਂ ਆਏ ਹਾਂ ਜੀ, ਗੁਰਪਤਾ ਦੀ ਸੇਵਾ ਪਰਿਵਾਰ ਵੱਲੋਂ। ਪਹਿਲਾਂ ਅਸੀਂ ਇੱਥੋਂ ਲੁਧਿਆਣੇ ਤੋਂ ਹੀ, ਆਪਣੇ ਜਲੰਧਰ ਤੋਂ ਹੀ, ਢੋਂਗੜੀ ਰੋਡ ਤੋਂ, ਸੁਨੇਮਪੁਰ ਡੰਗਰ ਸੁਨੇਮਪੁਰ ਤੋਂ ਇੱਕ ਮਾਵਾਂ ਧੀਆਂ ਨੂੰ ਲੈ ਕੇ ਆਏ ਹਾਂ। ਦੋਨੇ ਪੜ੍ਹੀਆਂ ਲਿਖੀਆਂ ਮਾਵਾਂ ਧੀਆਂ ਘਰ ਦੇ ਵਿੱਚ ਨਰਕ ਕੱਟਦੀਆਂ ਸੀ, ਤੇ ਅੱਜ ਹੁਣ ਨਾਲ ਹੀ, ਕਿਉਂਕਿ ਸਾਡੀ ਟੀਮ ਦੇ ਮੈਂਬਰ ਦਮਨ ਹੋਣਾ ਦੀ, ਸਾਡੇ ਵੀਰ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹੋਰ ਵੀ ਠੀਕ ਹੋ, ਇਹਨਾਂ ਦੀਆਂ ਵੀਰੇ ਉਹਨਾਂ ਦੀਆਂ ਅਕਸਰ ਜਦੋਂ ਸਾਨੂੰ ਕੋਈ ਵੀਡੀਓ ਭੇਜਦਾ ਡਿਊਟੀਆਂ ਲੱਗਦੀਆਂ ਰਹਿੰਦੀਆਂ, ਇਹਨਾਂ ਨੇ ਕੇਸ ਵੈਰੀਫਾਈ ਕੀਤਾ ਹੋਇਆ ਸੀਗਾ, ਤੇ ਅਸੀਂ ਸੋਚਿਆ ਵੀ ਬਾਪੂ ਸਭ ਤੋਂ ਲੋੜਵੰਦ ਆ ਜਿਹੜਾ ਅੱਖਾਂ ਤੋਂ ਅੰਨਾ ਵਿਚਾਰਾ ਇਸ ਹਾਲਤ ਚ ਬੈਠਾ, ਇਹਨਾਂ ਨੂੰ ਵੀ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ, ਤੇ ਇਹਨਾਂ ਨੂੰ ਜੇ ਕੋਈ ਜਾਣਦਾ ਪਹਿਚਾਣਦਾ ਤਾਂ ਸਾਡੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰਿਓ, ਤੇ ਨਹੀਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀ ਬਾਪੂ ਬਾਰੇ ਕੁਛ ਪਤਾ ਲੱਗ ਜਾਵੇ। ਕਿਆਮ ਖਾਨ ਜੀ, ਜੋ ਵਾਰਾਣਸੀ ਮੈਂ ਆਪ ਮੁਹੱਲੇ ਕਾ ਨਾਮ ਕਿਆ ਜਾ ਰਹਤੇ ਆਪ? ਸਤਪੁਖੜੀ ਗਾਉਂ ਹੈ, ਸਤਪੁਖੜੀ ਗਾਉਂ, ਸਤਰਖੜੀ ਕਿਆ, ਸਤਪੁਖੜੀ ਗਾਉਂ, ਸਤਕਕੜੀ ਗਾਉਂ, ਠੀਕ ਹੈ, ਵਹਾਂ ਪੇ ਰਹਤੇ ਹੋ ਆਪ? ਹਾਂ, ਸਭ ਕਕੜੀ ਮਾਂ ਖਾਤੇ ਹੈ, ਸਭ ਕਕੜੀ ਮਾਂ ਖਾਤੇ ਹੋ? ਹਾਂ, ਠੀਕ ਹੈ, ਇਹ ਕਕੜੀ ਮਾਂ ਦਾ ਨਾ, ਕਕੜੀ ਮਾਂ ਕੀੜਾ ਦਾ ਕਜੇਰੋ, ਇਹ ਕਾ ਨਾਮ ਪਰ, ਉਸੇ ਕੇ ਨਾਮ ਪੇ ਗਾਉਂ ਕਾ ਨਾਮ ਪੜ ਗਿਆ, ਕੀੜਾ ਜੇੜੋ ਕਕੜੀ ਕੋ ਤਾਂ ਕੀੜਾ ਦੇ ਦੋ, ਕਕੜੀ ਦੇ ਦੋ, ਕਕੜੀ ਦੇ ਦੋ, ਸਤਿ ਸ਼੍ਰੀ ਅਕਾਲ। ਚਲੋ ਚਲਤੇ ਹਮ ਆਪਕੋ ਲੈ ਕੇ ਹਾਸਪਿਟਲ ਚਲਤੇ, ਚਲੋ ਖਾਣਾ ਵਹਾਂ ਪੇ ਗਾੜੀ ਮੇ ਖਿਲਾਏਂਗੇ, ਗਾੜੀ ਮੇ ਖਿਲਾਏਂਗੇ, ਚਲੋ ਭਈਆ, ਅਰੇ ਉਠੀਏ, ਅਰੇ ਮਾਵਾ ਉਠੀਏ, ਦੱਸ ਜਬਰਦਸਤੀ ਪੈਦਲ ਨਹੀਂ ਜਾ ਪਾਏਂਗੇ ਹੋਈ ਆ, ਅਰੇ ਨਹੀਂ ਵਾਲੇ ਗਾੜੀ ਮੇ ਬਿਠਾਏਂਗੇ ਬਾਬਾ, ਹਮ ਗਾੜੀ ਮੇ ਬਿਠਾ ਲੇਂਗੇ ਆਪਕੋ ਨਾ, ਜੇ ਦੇਖੀਏ ਇਧਰ ਗਾੜੀ ਮੇ ਬਿਠਾਤੇ ਆ, ਬੈਠ ਗਏ, ਚਲੋ ਭਾਈ, ਆ ਜੇਬ ਚੋਂ ਗੰਦ ਨਿਕਲ ਕੇ ਕੋਟ ਲਹਾ ਦੋ, ਪਾਣਾ ਭਰਿਆ ਪਿਆ ਜੀ, ਮੈਂ ਖਿੱਚਿਆ ਭਈਆ, ਕਾਹੇ ਖਿੱਚ ਰਹੇ ਹੋ, ਮੈਂ ਇੱਕ ਬਣਾ ਦੇ, ਮੈਂ ਇੱਕ ਬਣਾ ਕਾਕਾ, ਪਜਾਮਾ ਫਟਾ ਭਈਆ, ਪਜਾਮਾ ਫਟਾ ਮੁੜਾ,
ਨਹੀਂ ਬੇਟਾ ਨਹੀਂ ਪਕੜੇਗੀ, ਜੇ ਨਹੀਂ ਪਕੜੇਗੀ ਫਟਾ ਨਹੀਂ ਹੋਇਆ ਸਹੀ ਅੱਗੇ ਜਾ ਕੇ ਬਤਾ ਦੋ ਬਾਹਰ ਫੜੇ ਠੀਕ ਹੈ ਬਾਬਾ ਠੀਕ ਹੈ ਹਮ ਨਹੀਂ ਕੁਛ ਕਰੇਂਗੇ ਹਮ ਨਹੀਂ ਕੁਛ ਕਰੇਂਗੇ ਬਾਬਾ ਬਾਬਾ ਜੀ ਜੈਕਟ ਉਤਾਰਨੀ ਇਸ ਵਿੱਚ ਟੋਇਲਟ ਬਣੀ ਹੋਈ ਹੈ ਜੈਕਟ ਉਤਾਰਨੀ ਕਈ ਪਾ ਲੋ ਕੋਈ ਨਾ ਠੀਕ ਹੈ ਬਾਬਾ ਠੀਕ ਹੈ ਬਾਬਾ ਠੀਕ ਹੈ ਬਾਬਾ ਲੈ ਲੋ ਠੀਕ ਹੈ ਬਾਬਾ ਗਲਤੀ ਹੋ ਗਿਆ ਗਲਤੀ ਹੋ ਗਈ ਕੋਈ ਨਾ ਕੰਬਲ ਗੰਦੇ ਹੋ ਜਾਣਗੇ ਸੜ ਦਾਂਗੇ ਕੰਬਲ ਠੀਕ ਹੈ ਬਾਬਾ ਠੀਕ ਹੈ ਠੀਕ ਠੀਕ ਹੈ ਬਾਬਾ ਠੀਕ ਹੈ ਗਲਤੀ ਹੋ ਗਿਆ ਬਾਬਾ ਗਲਤੀ ਹੋ ਗਈ ਮਾਫ਼ ਕਰ ਦੋ ਦੇਖੋ ਇਸ ਤਰ੍ਹਾਂ ਦੇ ਲੋਕ ਨਰਕ ਕੱਟ ਰਹੇ ਨੇ ਸਾਡੇ ਸਮਾਜ ਦੇ ਵਿੱਚ ਦੇਖੋ ਅਜੇਬ ਦੇਖੋ ਬਾਪੂ ਦੀ ਪੂਰਾ ਟੋਇਲਟ ਨਾ ਭਰੀ ਪਈ ਹੈ ਪਤਾ ਨੀ ਕਿਵੇਂ ਹੱਥ ਨਾਲ ਚੱਕ ਚੱਕ ਕੇ ਟੋਇਲਟ ਜੇਬ ਚ ਪਾਈ ਜਾਂਦਾ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਬਹੁਤ ਬਹੁਤ ਸ਼ੁਕਰੀਆ ਬਾਈ ਸਾਰਿਆਂ ਦਾ ਜਿਹੜੇ ਵੀਰ ਭਰਾ ਇੱਥੇ ਨੇੜੇ ਵਿਚਰਦੇ ਸੀ ਬਾਈ ਜਿਵੇਂ ਦੱਸਦੇ ਆ ਬਾਈ ਕਹਿੰਦਾ ਕੱਕੜੀ ਖੀਰਾ ਵੀ ਅਸੀਂ ਲਿਆ ਕੇ ਦਿੰਦੇ ਸੀ ਚੌਲ ਵੀ ਲਿਆ ਕੇ ਦਿੱਤੇ ਕੁਛ ਵਾਰ ਹਾਂਜੀ ਚੌਲ ਨੀ ਖਾਂਦਾ ਖੀਰਾ ਕੱਕੜੀ ਖਾਂਦਾ ਸੀਗਾ ਸਾਡੇ ਕੋਲ ਖੀਰਾ ਵੀ ਸੀਗਾ ਸਿਓ ਵੀ ਸੀ ਤੇ ਬਾਪੂ ਨੇ ਇੱਕ ਸਿਓ ਖਾਦਾ ਤੇ ਇੱਕ ਖੀਰਾ ਖਾ ਲਿਆ ਤੇ ਹੁਣ ਅਸੀਂ ਉਹਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਤੇ ਇੱਥੇ ਕੱਲਾ ਇੱਕ ਕਿਆਮ ਖਾਨ ਨੀ ਬਹੁਤ ਸਾਰੇ ਲੋਕ ਨੇ ਜਿਹੜੇ ਜਲੰਧਰ ਸ਼ਹਿਰ ਚ ਲੁਧਿਆਣੇ ਸ਼ਹਿਰ ਚ ਵੱਡੇ ਵੱਡੇ ਸ਼ਹਿਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਕਿਸ ਤਰ੍ਹਾਂ ਦਾ ਜੀਵਨ ਕੱਟ ਰਹੇ ਨੇ ਇਸੇ ਤਰ੍ਹਾਂ ਹੀ ਸੌਦੇ ਖੁਰਦੇ ਉਹ ਖਤਮ ਹੋ ਜਾਂਦੇ ਨੇ ਉਹਨਾਂ ਦੀ ਹਿਸਾਬ ਲੈਣ ਵਾਲਾ ਕੋਈ ਨੀ ਕਰਨ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਮਰਥ ਬੁੱਧੀ ਬਖਸ਼ਣ ਅਸੀਂ ਬਾਪੂ ਦੀ ਸੇਵਾ ਕਰ ਸਕੀਏ ਅਸੀਂ ਕਿਆਮ ਖਾਨ ਦਾ ਬਣਦਾ ਮਾਣ ਸਤਿਕਾਰ ਕਰ ਸਕੀਏ ਇਹਨਾਂ ਦੀਆਂ ਅੱਖਾਂ ਠੀਕ ਹੋ ਜਾਣ ਇਹਨਾਂ ਨੂੰ ਦੁਨੀਆਂ ਦੇ ਰੰਗ ਦਿਖਣ ਲੱਗ ਜਾਣ ਉਹਦੇ ਲਈ ਤੁਸੀਂ ਵੀ ਅਰਦਾਸ ਕਰੋ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੋਰ ਵੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਜਿਉਂਦੇ ਵਾਸਤੇ ਜਿਉਂਦੇ